ਅਜੀਤ ਵੇਪ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਜਸਵੀਰ ਸਿੰਘ ਜੱਸੀ ਸਵਾਗਤ ਕਰਦਾ ਵਿਧਾਨ ਸਭਾ ਚੋਣਾਂ 2022 ਦੀਆਂ ਜੋ ਆਈਆਂ ਨੇ ਅੱਜ ਉਹਨਾਂ ਦਾ ਆਰੰਭ ਹੋ ਚੁੱਕਿਆ ਹੈ ভোটার ਵੱਡੀ ਪੱਧਰ ਤੇ ਆਪਣੀ ਅਧਿਕਾਰ ਦੀ ਵਰਤੋਂ ਕਰ ਰਹੇ ਨੇ ਤੇ ਅਸੀਂ ਅੱਜ ਇੱਕ ਸੰਦੌੜ ਵੇਖੇ ਵੱਖਰੀ ਹੀ ਭਾਈਚਾਰਕ ਸਾਂਝ ਆ ਜਿਹੜੀ ਉਹ ਵੇਖਣ ਨੂੰ ਮਿਲੀ ਕਿ ਸਮੂਹ ਪਾਰਟੀਆਂ ਦੇ ਆਗੂ ਮੋਤਵਾਰ ਬੰਦੇ ਸਾਰੇ ਇੱਕ ਪਲੇਟਫਾਰਮ ਤੇ ਸਾਨੂੰ ਦੇਖਣ ਨੂੰ ਮਿਲੇ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਕੀ ਸਨੇਹਾ ਲੈ ਕੇ ਉਹ ਅੱਜ 2022 ਦੀਆਂ ਵਿਧਾਨ ਸਭਾ ਚੋਣਾਂ ਨੇ ਜਿਹੜੀਆਂ ਉਹ ਲੜ ਰਹੇ ਨੇਗੇ ਸਵਾਗਤ ਆ ਸਰ ਤੁਹਾਡਾ ਹਾਂਜੀ ਅੱਛਾ ਕੀ ਨਾਮ ਹੈ ਤੁਹਾਡਾ ਮੇਰਾ ਦਵਿੰਦਰ ਸਿੰਘ ਆ ਜੀ ਕਿਹੜੀ ਪਾਰਟੀ ਨਾਲ ਸੰਬੰਧਿਤ ਕਰੋ ਮੈਂ ਕਾਂਗਰਸ ਪਾਰਟੀ ਨਾਲ ਬਿਲੋਂਗ ਕਰਦਾ ਹਾਂ ਇਹ ਲੋਕਾਂ ਨੂੰ ਸਨੇਹਾ ਤੁਸੀਂ ਅੱਜ ਦੇ ਰਹੇ ਹੋਗੇ ਅਸੀਂ ਤਾਂ ਇਹ ਕਰਨੇ ਸਭ ਨੂੰ ਬੇਨਤੀ ਆ ਜਿੰਨੇ ਵੀ ਵੋਟਰ ਨੇ ਸਾਰੇ ਆਪਦੀ ਵੋਟ ਦਾ ਵਰਤੋਂ ਕਰਨ ਸਭ ਨੂੰ ਅਧਿਕਾਰ ਆ ਆਪਦੀ ਮਨਮਤਾ ਮੁਤਾਬਕ ਵੋਟ ਪਾਉਣ ਪਰ ਵੋਟ ਪਾਉਣ ਜਰੂਰ ਆਉਣ ਇਹਨਾਂ ਲੜੋਣਾ ਝਗੜੋਣਾ ਸਮਾਜਿਕ ਜਿਹੜੀ ਸਾਂਝ ਆ ਉਹਨੂੰ ਬਰਕਰਾਰ ਰੱਖੋ ਜੀ ਅੱਛਾ ਕੀ ਨਾਮ ਹੈ ਜੀ ਅਮਨਦੀਪ ਸਿੰਘ ਜੀ ਕੀ ਸਨੇਹਾ ਤੁਸੀਂ ਦੇ ਰਹੇ ਹੋ ਅੱਜ ਵੋਟਰਾਂ ਨੂੰ ਮੈਂ ਲੋਕਾਂ ਨੂੰ ਇਹੀ ਦੱਸਣਾ ਚਾਹਣਾ ਜੀ ਵੀ ਵੋਟ ਪਾਉਣ ਆਓ ਤੇ ਆਪਣਾ ਹੱਕ ਪਿਆਦਾ ਕਰੋ ਤੇ ਪਾਰਟੀ ਵੇਦ ਉੱਚੀ ਉੱਠ ਕੇ ਇਕੱਠੇ ਰਹੋ ਪਿੰਡ ਵਿੱਚ ਤੇ ਲੜਾਈ ਝਗੜੇ ਤੋਂ ਦੂਰ ਰਹੋ ਅੱਛਾ ਤੁਹਾਡੇ ਨਾਲ ਸਮਾਜ ਸੇਵੀ ਵੀ ਇਸ ਟਾਈਮ ਜੁੜੇ ਨੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਤੇ ਕੀ ਨਾਮ ਹੈ ਸਰ ਤੁਹਾਡਾ ਕੁਲਵੀਰ ਸਿੰਘ ਸਾਹੀ ਆ ਜੀ ਅੱਛਾ ਕਿਹੜਾ ਪਿੰਡ ਆ ਇਹ ਸੰਦੌੜ ਆ ਜੀ ਕੀ ਮੰਤਬ ਨਾਲ ਜਿਹੜੀਆਂ ਵੋਟਾਂ ਨੇਗੀਆਂ ਅੱਜ ਵੋਟਰਾਂ ਵੱਲੋਂ ਪਾਈਆਂ ਜਾ ਰਹੀਆਂ ਨੇ ਇਹ ਮੈਂ ਤਾਂ ਆਉਣ ਵਾਲੀ ਆਪਣੀ ਸਰਕਾਰ ਚੁਣਨ ਵਾਸਤੇ ਵੋਟਾਂ ਪਾ ਰਹੇ ਆ ਜੀ 2022 ਚ ਹਨ ਤੇ ਮਤਲਬ ਸੰਦੌੜ ਦੇ ਵਿੱਚ ਅਸੀਂ ਮਤਲਬ ਪਹਿਲ ਕਰੀਏ ਵੀ ਸਾਡੇ ਪਿੰਡ ਨਾਲ ਅਸੀਂ ਕੋਈ ਵੀ ਬੂਥ ਨਹੀਂ ਲਾਇਆ ਨਾ ਕੋਈ ਅਕਾਲੀ ਕਾਂਗਰਸੀ ਠੀਕ ਹੈ ਨਾ ਆਮ ਆਦਮੀ ਪਾਰਟੀ ਕੋਈ ਵੀ ਬੂਥ ਨਹੀਂ ਲਾਇਆ ਅਸੀਂ ਸਾਰੇ ਇਕੱਠੇ ਮਤਲਬ ਬੈਠਿਆ ਕੁਰਸੀਆਂ ਦੇ ਉੱਪਰ ਠੀਕ ਹੈ ਇਹ ਮਤਲਬ ਸਾਡੀ ਪਹਿਲ ਵੇਖ ਕੇ ਜਿਹੜਾ ਆਪਣਾ ਸਟਾਫ ਆ ਵੋਟਾਂ ਵਾਲਾ ਆਮਲਾ ਹੈ ਨਾ ਉਹ ਬਹੁਤ ਖੁਸ਼ ਨੇ ਉਮਤ ਸਾਨੂੰ ਕਹਿੰਦੇ ਨੇ ਵੀ ਇਹੋ ਜਿਹਾ ਸੀ ਕਿਸੇ ਪਿੰਡ 'ਚ ਵੇਖਿਆ ਨਹੀਂ ਕਦੇ ਵੀ ਤੁਸੀਂ ਆਪਸ ਵਿੱਚ ਇੱਕ ਦੂਜੇ ਨੂੰ ਹੱਸਦੇ ਖੇਡਦੇ ਹੋ ਠੀਕ ਆ ਇੱਕ ਦੂਜੇ ਬਾਹਮ ਫੜਫੜ ਕੇ ਆਉਂਦੇ ਵੀ ਇੱਕ ਦੂਜੇ ਦਾ ਵੀ ਫਾਰਮ ਵੀ ਭਰਦੇ ਆ ਵੀ ਕੋਈ ਚੱਕਰ ਨਹੀਂ ਹੈਗਾ ਨਾ ਕਾਂਗਰਸ ਦੇ ਅਕਾਲੀਆ ਨੇ ਅਕਾਲੀਆ ਕਾਂਗਰਸ ਸਾਰਿਆਂ ਦੇ ਵੀ ਫਾਰਮ ਭਰਨ ਚ ਵਗੈਰਾ ਹੈਲਪ ਕਰਦੇ ਜਿਹੜੇ ਪੋਲਿੰਗ ਏਜੰਟ ਦੇ ਹੁੰਦਾ ਵਾ ਠੀਕ ਆ ਸਾਨੂੰ ਇੱਥੇ ਮਤਲਬ ਐਮ ਆ ਵੀ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆ ਵੀ ਆਪਾਂ ਵੋਟਾਂ ਪਿੱਛੇ ਵੀ ਆਪਸ ਵਿੱਚ ਕੋਈ ਲੜਾਈ ਝਟ ਨਹੀਂ ਕਰਨੀ ਹੈਗੀ ਠੀਕ ਹੈ ਜਿੱਥੇ ਕਿਸੇ ਦਾ ਮਨ ਕਰਦਾ ਜਿਸ ਨੂੰ ਜਿਹੜੇ ਕੈਂਡੀਡੇਟ ਵਧੀਆ ਠੀਕ ਹੈ ਜਰੂਰ ਪਾਉਣਾ ਠੀਕ ਹੈ ਕਿਉਂਕਿ 2-4 ਦਿਨ ਦਾ ਮਤਲਬ ਵੋਟਾਂ ਦਾ ਹੁੰਦਾ ਵਾ ਉਸ ਦਿਨ ਆਪਾਂ ਸਾਰਿਆਂ ਨੇ ਇਕੱਠੇ ਰਹਿਣਾ ਵਾ ਠੀਕ ਹੈ ਲੜਾਈ ਝਗੜੇ ਤੋਂ ਬਚ ਕੇ ਸ਼ਾਂਤੀ ਨਾਲ ਪਿਆਰ ਨਾਲ ਵੋਟ ਦਾ ਜਰੂਰ ਪਾਓ ਸਨੇਹਾ ਜਿਹੜਾ ਉਹ ਬਹੁਤ ਸੋਹਣਾ ਤਮਾਸ ਏਵੀਆ ਵੱਲੋਂ ਦਿੱਤਾ ਗਿਆ ਸਾਡੇ ਨਾਲੇ ਹੋਰ ਆਗੂ ਜੁੜੇ ਨੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਅੱਜ ਕੀ ਨਾਮ ਹੈ ਜੀ ਜਗਤਾਰ ਸਿੰਘ ਜਸਲ ਜੀ ਅੱਛਾ ਕੀ ਸਨੇਹਾ ਜਿਹੜਾ ਅੱਜ ਵੋਟਰਾਂ ਨੂੰ ਤੁਸੀਂ ਭਾਈਚਾਰਕ ਸਾਂਝ ਦੇ ਤੌਰ ਤੇ ਇਕੱਠੇ ਖੜੇ ਹੋਵੋਗੇ ਕੀ ਸਨੇਹਾ ਦਿਨੇਓ ਵੋਟਰਾਂ ਨੂੰ ਦੋਖੋ ਅੱਜ ਵਿਧਾਨ ਸਭਾ ਜਿਹੜੀਆਂ 2022 ਦੀ ਇਲੈਕਸ਼ਨ ਚੱਲ ਰਹੀ ਹੈ ਜੀ ਪੂਰੇ ਪੰਜਾਬ ਦੇ ਵਿੱਚ ਹੀ ਪੂਰੇ ਪੰਜਾਬ ਨੂੰ ਹੀ ਮੇਰਾ ਸਨੇਹ ਹੈਗਾ ਵੀ ਆਪਸ ਵਿੱਚ ਫਰਕ ਨਾ ਪਾਵੋ ਕੱਲੂ ਅਸੀਂ ਇਹਨਾਂ ਦੇ ਦੁੱਖ ਸੁੱਖ ਚ ਵੀ ਖੜਨਾ ਹੈ ਇਹਨਾਂ ਨੇ ਸਾਡੇ ਦੁੱਖ ਸੁੱਖ ਚ ਵੀ ਖੜਨਾ ਹੈਗਾ ਵੋਟਾਂ ਪਿੱਛੇ ਆਪਾਂ ਕਿਤੇ ਸ਼ਰੀਕ ਨਾ ਬਣੋ ਠੀਕ ਹੈ ਜਿੱਥੇ ਬੰਦੇ ਦਾ ਜੀ ਕਰਦਾ ਜੋ ਇਨਸਾਨ ਤੁਹਾਨੂੰ ਪਤਾ ਹੈ ਲੱਗਦਾ ਹੈਗਾ ਵੀ ਇਹ ਮੇਰੇ ਹੱਕ ਲਈ ਆ ਜਾਂ ਇਹ ਕੈਂਡੀਡੇਟ ਮੈਨੂੰ ਵਧੀਆ ਲੱਗਦਾ ਹੈਗਾ ਇਹ ਚੋਣ ਦਾ ਨਿਸ਼ਾਨ ਵਧੀਆ ਹੈਗਾ ਉੱਥੇ ਵੋਟ ਪਾ ਕੇ ਆਓ ਔਰ ਕਿਸੇ ਨਾਲ ਲੜੋ ਘਲੋ ਨਾ ਬਸ ਕਿੰਨਾ ਉਤਸ਼ਾਹ ਹੈਗਾ ਵੋਟਾਂ ਦੇ ਵਿੱਚ ਅੱਗੇ ਨਾਲੋਂ ਤਾਂ ਬਹੁਤ ਜ਼ਿਆਦਾਗਾ ਸਾਡੇ ਆਪਦੇ ਪਿੰਡ ਵਿੱਚ ਵੀ ਅਜੀ ਦੇਖਿਆ ਹੈਗਾ ਸਾਡੇ ਇਹ ਮੰਨ ਲਓ ਵੀ ਬੂਥ ਨਾ ਲਾਉਣ ਕਰਕੇ ਲਾ ਲੋ ਜਾਂ ਕਿਸੇ ਜਿਵੇਂ VOTER ਆਉਂਦਾਗਾ ਇਹ ਅਸੀਂ ਕਹਿੰਦਾ ਸਾਨੂੰ ਵੋਟ ਪਾਓ ਸਾਨੂੰ ਵੋਟ ਪਾਓ ਉਦਾਂ ਦਾ ਕੋਈ ਨਹੀਂ ਹੈਗਾ VOTER ਆਉਂਦਾ ਆਪਦੇ ਆਪ ਆਪ ਮਹਾਰੇ ਚੱਲ ਕੇ ਆਉਂਦਾਗਾ ਤੇ ਆ ਕੇ ਜਿਹਨੂੰ ਆਦਾ ਜੀ ਕਰਦਾ ਉਹਨੂੰ ਵੋਟ ਪਾ ਕੇ ਚਲਾ ਜਾਂਦਾਗਾ ਜੀ ਇਹ ਸਾਨੂੰ ਪਿੰਡ ਸੰਦੌੜ ਦੇ ਵਾਸੀ ਜੋ ਅੱਜ ਇੱਕ ਸਨੇਹਾ ਦੇ ਰਹੇ ਨੇ ਕਿ ਭਾਈਚਾਰਕ ਸਾਂਝ ਹੈ ਜਿਹੜੀ ਉਹ ਆਪਣੀ ਬਣਾ ਕੇ ਰੱਖੋ ਤੇ ਵੱਡੀ ਪੱਧਰ ਤੇ ਵੋਟਾਂ ਨੇ ਜਿਹੜੀਆਂ ਉਹ ਪਾਉਣ ਅਤੇ ਆਪਣੀ મતਦਾਤਾ ਜਿਹੜੇ ਨੇਗੇ ਉਹਨਾਂ ਨੂੰ ਜਿਤਾ ਕੇ ਵਿਧਾਨ ਸਭਾ ਦੇ ਵਿੱਚ ਭੇਜਣ ਪਰ ਜੋ ਆਪਸੀ ਭਾਈਚਾਰਕ ਸਾਂਝ ਹੈ ਉਹਨੂੰ ਮਜ਼ਬੂਤ ਰੱਖਣ ਦੇ ਇਰਾਦੇ ਦੇ ਨਾਲ ਕਿਸੇ ਨਾਲ ਕੋਈ મતભੇਦ ਨਾ ਕਰੋ ਤੇ ਸਾਰੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਜਿਹੜੇ ਅੱਜ ਵੋਟਾਂ ਪਾ ਰਹੇ ਨੇ ਅਜੀਤ ਬਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਜਸਵੀਰ ਸਿੰਘ ਜੱਸੀ ਸਵਾਗਤ ਕਰਦਾ 2022 ਦੀਆਂ ਵਿਧਾਨ ਸਭਾ ਚੋਣਾਂ ਦਾ ਜਿਹੜਾ ਆਰੰਭ ਹੈ ਉਹ ਹੋ ਚੁੱਕਿਆ ਤੇ ਅੱਜ ਅਸੀਂ ਚੋਣਾਂ ਦੇ ਰੁਝਾਨ ਨੂੰ ਦੇਖਣ ਲਈ ਸੰਦੌੜ ਵਿਖੇ ਪਹੁੰਚੇ ਆਂ ਅਤੇ ਇੱਕ ਇੱਥੇ ਬਲੱਖਣ ਚੀਜ਼ ਸਾਨੂੰ ਦੇਖਣ ਨੂੰ ਮਿਲੇਗੀ ਤੇ ਜੋ ਤਿਹਾਰ ਦੇ ਤੌਰ ਤੇ ਅੱਜ ਚੋਣਾਂ ਨੂੰ ਜਿਹੜਾ ਦੇਖਣ ਵਿੱਚ ਸਮਝ ਆ ਰਹੀ ਹੈ ਕਿ ਵੱਡੇ ਪੱਧਰ ਤੇ ਉੱਪਰ ਅੱਜ ਇੱਥੇ ਜਿਹੜਾ ਲੋਕਤੰਤਰ ਤਿਹਾਰ ਆ ਜਿਹੜਾ ਉਹ ਮਨਾਇਆ ਜਾ ਰਿਹਾ ਤੇ ਮਾਡਲ ਪੋਲਿੰਗ ਬੂਥ ਹੈ ਜਿਹੜਾ ਉਹ ਬਣਾ ਕੇ ਲੋਕਾਂ ਨੂੰ ਵੱਧ ਤੋਂ ਵੱਧ ਵੋਟਾਂ ਪਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਚੋਣ ਕਮਿਸ਼ਨਰ ਵੱਲੋਂ ਹਦਾਇਤਾਂ ਅਨੁਸਾਰ ਵੱਖ-ਵੱਖ ਤਰ੍ਹਾਂ ਦੇ ਰੰਗੋਲੀ ਡਸਟਬਿਨ ਅਤੇ ਚੋਣ ਮਿੱਤਰ ਜੋ ਸੈਲਫੀ ਕਾਰਨਰ ਨੇਗੇ ਉਹ ਬਣਾਏ ਗਏ ਨੇ ਤੇ ਵੱਡੀ ਪੱਦਰ ਦੇ ਉੱਪਰ ਇੱਥੇ ਪੂਰਾ ਸਟਾਫ ਹੈ ਜਿਹੜਾ ਉਹ ਮੌਜੂਦ ਹੈ ਤੇ ਤੁਸੀਂ ਦੇਖ ਸਕਦੇ ਹੋ ਵੀ ਕਿਵੇਂ ਤਿਹਾਰਾਂ ਦੇ ਰੂਪ ਦੇ ਵਿੱਚ ਅੱਜ ਜਿਹੜਾ ਇਹ ਚੋਣਾਂ ਨੇ 2022 ਦੀਆਂ ਮਨਾਈਆਂ ਜਾ ਰਹੀਆਂ ਨੇ ਅਸੀਂ ਗੱਲਬਾਤ ਕਰਦੇ ਹਾਂ ਸਾਡੇ ਨਾਲ ਅਧਿਕਾਰੀ ਜੁੜੇ ਨੇ ਪੁੱਛਦੇ ਹਾਂ ਉਹਨਾਂ ਤੋਂ ਵੀ ਕਿੱਦਾਂ ਦਾ ਮਾਹੌਲ ਹੈ ਸਸਿਕਾ ਸਰ ਜੀ ਸਸਿਕਾ ਜੀ ਕੀ ਨਾਮ ਆ ਤੁਹਾਡਾ ਜੀ ਰੁਪਿੰਦਰ ਸਿੰਘ ਜੀ ਕਿ ਕਿਦਾਂ ਦਾ ਰੁਝਾਨ ਆ ਅੱਜ ਵੋਟਾਂ ਦਾ ਲੋਕਾਂ ਦੇ ਵਿੱਚ ਤੇ ਅੱਜ ਜੋ ਬੜਾ ਸੋਹਣਾ ਤੁਸੀਂ ਇਹ ਕਾਰਨਰ ਲਾਇਆ ਬੂਥ ਤੇ ਕਿਦਾਂ ਤੁਹਾਨੂੰ ਕਿਹੜੇ-ਕਿਹੜੀਆਂ ਹਦਾਇਤਾਂ ਇੱਥੇ ਚੋਣ ਕਮਿਸ਼ਨਰ ਵੱਲੋਂ ਭੇਜੀਆਂ ਗਈਆਂ ਨੇ ਮਾਨਯੋਗ ਡਿਪਟੀ ਕਮਿਸ਼ਨਰ ਮਲੇਰੀ ਕੋਟਲਾ ਨੇ ਸਾਡੇ ਨਾਲ ਪਹਿਲਾਂ ਦੋ ਮੀਟਿੰਗਾਂ ਕੀਤੀਆਂ ਸੀਗੀਆਂ ਜਿਹੜਾ ਬੂਥ ਨੰਬਰ 25 ਹੈ ਮਾਡਲ ਬੂਥ ਜਿਹੜਾ ਨਾਮਿਨੇਟ ਹੋਇਆਗਾ ਤੇ ਉਹਦੇ ਵਾਸਤੇ ਉਹਨਾਂ ਨੇ ਸਾਨੂੰ ਗਾਈਡਲਾਈਨਸ ਦਿੱਤੀਆਂ ਸੀ ਉਹਨੂੰ ਗਾਈਡਲਾਈਨਸ ਨੂੰ ਫਾਲੋ ਕਰਦੇ ਹੋਏ ਮਾ ਬੂਥ ਨੂੰ ਡੈਕੋਰੇਟ ਕੀਤਾਗਾ ਬਜ਼ੁਰਗਾਂ ਵਾਸਤੇ ਸਹੂਲਤਾਂ ਦਿੱਤੀਆਂ ਨੇ ਸਿਹਤ ਭਵਭਾਗ ਵੱਲੋਂ ਕਿਹੜੀਆਂ-ਕਿਹ ਇਕਦਾਂ ਜੀ ਸੈਨੀਟਾਈਜੇਸ਼ਨ ਦਾ ਪ੍ਰਬੰਧ ਹੈ ਤੇ ਮਾਸਕ ਦੇ ਬੰਦ ਦੇ ਰਹੇ ਆਂ ਅਸੀਂ ਗਲਵਜ਼ ਦੇ ਰਹੇ ਆਂ ਤੇ ਬਜ਼ੁਰਗਾਂ ਨੇ ਜੇ ਅਗਰੇ ਕੋਈ ਲਾਈਨ ਲੰਬੀ ਲੱਗਦੀ ਹੈ ਬਸ ਇਸ ਦਾ ਰਸਤਾ ਨਹੀਂ ਹੋ ਰਿਹਾ ਤਾਂ ਉਹਨਾਂ ਦੇ ਬੈਠਣ ਵਾਸਤੇ ਕੋਰਨਰ ਬਣਾਇਆ ਹੋਇਆਗਾ ਤੇ ਹੋਰ ਇਸ ਤਰ੍ਹਾਂ ਦਾ ਮਤਲਬ ਕੋਈ ਵੀ ਸਾਡੇ ਕੋਲ ਵਲੰਟੀਅਰਸ ਹੈਗੇ ਨੇ ਅਗਰ ਕਿਸੇ ਨੂੰ 올ਡਰ ਵੋਟਰਸ ਨੇ ਕੋਈ ਉਹਨਾਂ ਨੂੰ ਹੈਲਪ ਕਰਨ ਵਾਸਤੇ ਹਰ ਪ੍ਰਕਾਰ ਦੀ ਸਹੂਲਤ ਸਾਡੇ ਕੋਲ ਗੂਥ ਨੰਬਰ 26 ਤੋਂ ਬੀਐਲਓ ਸਾਹਿਬ ਜੁੜੇ ਨੇ ਉਹਨਾਂ ਕੋਲੇ ਕੁਝ ਪ੍ਰਸ਼ੰਸਾ ਪੱਤਰ ਪਏ ਨੇਗੇ ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਇਹ ਪ੍ਰਸ਼ੰਸਾ ਪੱਤਰ ਕਿੰਨਾ ਕਿੰਨਾਂ ਨੂੰ ਇਹ ਵੰਡ हां जी धन्यवाद जी अच्छा किड़े किड़े वोटा ने ते किड़े किड़े वोटर ने ਇੱਥੇ ਪਹੁੰਚ ਰਹੇ ਨੇ ਜੀ हां जी तकरीबन ਸਾਰੇ ভোটার ਹੀ ਜਿਹੜੇ ਨਵੇਂ ভোটার ਨੇ ਬੜਾ ਉਤਸ਼ਾਹ ਉਹਨਾਂ ਚ ਤੇ ਉਹਨਾਂ ਦੀ ਅਸੀਂ ਉਹਨਾਂ ਨੂੰ ਹੌਸਲਾ ਫਸਾਈ ਲਈ ਇਹ ਜਿਹੜੇ ਸਰਟੀਫਿਕੇਟ ਦੇ ਰਹੇ ਹਾਂ ਪਹਿਲੀ ਵੋਟ ਦੇ ਔਰ ਵਲੰਟੀਅਰ ਜਿਹੜੇ ਬੱਚੇ ਸਾਡੇ ਕੋਲੇ ਇੱਥੇ ਕੰਮ ਕਰਦੇ ਨੇ ਅੱਜ ਉਹਨਾਂ ਨੂੰ ਵੀ ਅਸੀਂ ਸਰਟੀਫਿਕੇਟ ਦੇ ਰਹੇ ਹਾਂ ਤਾਂ ਕਿ ਲੋਕਤੰਤ ਤ ਨੂੰ ਮਜ਼ਬੂਤ ਕੀਤਾ ਜਾਵੇ ਕਿੰਨੇ ਕ ਬੋਟਰ ਨੇ ਜਿਹੜੇ ਉਹ ਉਤਸ਼ਾਹ ਦੇ ਨਾਲ ਇੱਥੇ ਪਹੁੰਚ ਰਹੇ ਨੇ ਬਹੁਤ ਜੀ ਬਹੁਤ ਕਾਫੀ ਜ਼ਿਆਦਾ ਵੋਟ ਪੋਲਿੰਗ ਹੋ ਰਹੀ ਆ ਬੜਾ ਤਸ਼ਾਹ ਹੈ ਕਿਉਂਕਿ ਲੋਕਤੰਤਰ ਨੂੰ ਮਜ਼ਬੂਤ ਬਣਾਉਣ ਲਈ ਬੜੇ ਸਰਕਾਰ ਵੱਲੋਂ ਉਪਰਾਲੇ ਕੀਤੇ ਜਾਂ ਚੋਣ ਕਮਿਸ਼ਨਰ ਵੱਲੋਂ ਬਹੁਤ ਵਧੀਆ ਜੀ ਇਹਦੇ ਨਾਲ ਸਾਡਾ ਜਿਹੜਾ ਢਾਂਚਾ ਹੈ ਲੋਕਤੰਤਰ ਦਾ ਉਹਨੂੰ ਮਜ਼ਬੂਤੀ ਮਿਲੇਗੀ ਤੁਸੀਂ ਦੇਖ ਸਕਦੇ ਹੋ ਕਿ ਬੀਐਲਓ ਸਾਹਿਬ ਨੇ ਬੜੇ ਸਪਸ਼ਟਾ ਦੇ ਨਾਲ ਇਹ ਦੱਸਿਆ ਹੈਗਾ ਵੀ ਜਿਹੜੀਆਂ ਲੋਕਤੰਤਰ ਦੀਆਂ ਵੋਟਾਂ ਨੇ ਉਹ ਪੈ ਰਹੀਆਂ ਨੇਗੀਆਂ ਅਤੇ ਲੋਕਾਂ ਵੱਲੋਂ ਕਾਫੀ ਰੁਝਾਨ ਹੈਗਾ ਵੱਡੀ ਪੱਧਰ ਤੇ VOTER ਨੇ ਜਿਹੜੇ ਉਹ ਪਹੁੰਚ ਰਹੇ ਨੇ ਮੈਨੂੰ VOTER ਹੋਣ ਤੇ ਮਾਣ ਹੈ ਇਸ ਦੇ ਨਾਲ ਹੀ ਸੈਲਫੀ ਕਾਰਨਰ ਬਣਿਆ ਹੋਇਆ ਤੇ VOTER ਨੇ ਜਿਹੜੇ ਉਹ ਆਪ ਦੀਆਂ ਸੈਲਫੀਆਂ ਵੀ ਲੈ ਰਹੇ ਨੇ ਤੇ ਬੜਾ ਉਤਸ਼ਾਹ ਜਿਹੜਾ ਉਹ ਦਿਖਾ ਰਹੇ ਨੇਗੇ ਕੈਮਰਾਮੈਨ ਨਾਨਕਜੀਤ ਸਿੰਘ ਨਾਲ ਮੈਂ ਜਸਵੀਰ ਸਿੰਘ ਜੱਸੀ ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ ਹੁਣ ਤੁਹਾਡਾ ਆਪਣਾ अजीत ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ अजीत ਦਾ ਅਫੀਸ਼ੀਅਲ ਪੇਜ ਡੇਲੀ अजीत ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ ਇੰਨਾ ਹੀ ਨਹੀਂ ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ अजीत ਸਮਾਚਾਰ ਹਿੰਦੀ YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ अजीत ਦਾ ਅਫੀਸ਼ੀਅਲ YouTube ਚੈਨਲ अजीत ਵੈਬ ਟੀਵੀ ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰam ਦੇ ਉੱਤੇ ਵੀ ਉਪਲਬਧ ਹੈ ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰam ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿੱਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ ਇਹਨਾਂ ਹੀ ਨਹੀਂ ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ ਤੁਹਾਡਾ ਆਪਣਾ ਭਰੋਸੇਯੋਗ ਚੈਨਲ ਤੁਹਾਡੀ ਆਪਣੀ ਆਵਾਜ਼ ਪੰਜਾਬ ਦੀ ਆਵਾਜ਼ ਅਜੀਤ